ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੀ ਇੱਕ ਲੜਕੀ ਨੇ ਆਪਣੇ ਸਹੁਰਾ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ। ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਦਾਜ ਮੰਗਣ ਅਤੇ ਨਸ਼ਾ ਵੇਚਣ ਦੇ ਵੀ ਇਲਜ਼ਾਮ ਲੱਗੇ ਨੇ। ਪਰਿਵਾਰ ਮੁਤਾਬਕ ਮ੍ਰਿਤਕ ਜਸਪ੍ਰੀਤ ਕੌਰ ਦਾ ਵਿਆਹ 3.5 ਸਾਲ ਪਹਿਲਾਂ ਹਰਿਆਣਾ ਦੇ ਪਿੰਡ ਦੇਸੂ ਮਲਕਾਨਾ ਵਿੱਚ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਮ੍ਰਿਤਕ ਔਰਤ ਦੀ 1.5 ਸਾਲ ਦੀ ਬੱਚੀ ਵੀ ਹੈ। ਔਰਤ ਦਾ ਪਤੀ ਨਸ਼ੇ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਹੁਰਾ ਪਰਿਵਾਰ ਕਾਫ਼ੀ ਲੰਬੇ ਸਮੇਂ ਤੋਂ ਜਸਪ੍ਰੀਤ ਨੂੰ ਦਾਜ ਲਿਆਉਣ ਲਈ ਪਰੇਸ਼ਾਨ ਕਰਦਾ ਸੀ। ਜਸਪ੍ਰੀਤ ਦਾ ਸਹੁਰਾ ਪਰਿਵਾਰ ਨਸ਼ੇ ਵੀ ਵੇਚਦਾ ਸੀ ਅਤੇ ਮ੍ਰਿਤਕਾ ਸਹੁਰਾ ਪਰਿਵਾਰ ਨੂੰ ਨਸ਼ੇ ਵੇਚਣ ਤੋਂ ਰੋਕਦੀ ਸੀ, ਜਿਸ ਦੀ ਆਡੀਓ ਵੀ ਉਸਨੇ ਰਿਕਾਰਡ ਕਰਕੇ ਆਪਣੇ ਪੇਕੇ ਪਰਿਵਾਰ ਨੂੰ ਭੇਜੀ ਸੀ, ਜਿਸ ਵਿੱਚ ਸਹੁਰਾ ਪਰਿਵਾਰ ਵਾਲੇ ਨਸ਼ਾ ਵੇਚਣ ਦੀ ਗੱਲ ਨੂੰ ਕਬੂਲ ਕਰ ਰਹੇ ਨੇ। ਬਸ ਵੇਚ ਲੋ, ਕੋਈ ਨਾ ਜੀ ਸਾਲ ਕੇ ਵੇਚੋ, ਚਿੱਟੇ ਵੀ ਵੇਚ ਲੋ, ਫੀਮ ਵੀ ਵੇਚ ਲੋ, ਪੋਸਟ ਵੀ ਵੇਚ ਲੋ, ਹਾਂ ਬਸ ਖਾ ਲੋ। ਮ੍ਰਿਤਕ ਜਸਪ੍ਰੀਤ ਦੇ ਭਰਾ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਦੇ ਬੁਲਾਉਣ ਤੇ ਉਸ ਨੂੰ ਮਿਲਣ ਗਏ ਸਨ। ਜਸਪ੍ਰੀਤ ਨਾਲ ਜਾਣ ਦੀ ਜਿੱਦ ਕਰ ਰਹੀ ਸੀ, ਪਰ ਉਹ ਉਹਨੂੰ ਇਹ ਕਹਿ ਕੇ ਵਾਪਸ ਛੱਡ ਆਏ ਕਿ ਤੈਨੂੰ ਬਾਅਦ ਵਿੱਚ ਲੈ ਜਾਵਾਂਗੇ। ਗੱਲ ਇਹ ਪਹਿਲਾਂ ਇੱਕ ਦਿਨ ਪਹਿਲਾਂ ਅਸੀਂ ਜਾ ਕੇ ਆਏ ਹਾਂ ਜੀ, ਅਤੇ ਕਹਿੰਦੇ ਮੈਨੂੰ ਤੰਗ ਕਰਦੇ ਹੈਗੇ, ਅਸੀਂ ਸਮਝਾ ਕੇ ਆਏ, ਕਹਿੰਦੇ ਮੈਨੂੰ ਨਾਲ ਲੈ ਚੱਲੋ। ਅੱਛਾ, ਕੋਈ ਗੱਲ ਨਹੀਂ, ਤੈਨੂੰ ਲੈ ਚੱਲਾਂਗੇ ਨਾਲ, ਕੱਲ੍ਹ ਨੂੰ ਲੈ ਜਾਂਗੇ ਆ ਕੇ, ਅੱਜ ਮੋਟਰ ਹੈ ਤਾਂ ਸੀਟ ਹੈ ਨਹੀਂ ਬੈਠਣ ਨੂੰ, ਅਤੇ ਸਮਝਾ ਕੇ ਵੀ ਚੱਲ ਤੂੰ ਨਾ ਬੋਲਿਆ ਕਰ, ਕਹਿੰਦੇ ਮੈਂ। ਅਤੇ ਰਾਤ ਨੂੰ ਸਾਨੂੰ ਫੋਨ ਆਇਆ ਵੀ ਸਪਰੇ ਪੀ ਗਈ, ਅਤੇ ਜਦੋਂ ਅਸੀਂ ਗਏ ਹਾਂਗੇ ਪਹਿਲਾਂ ਦੁਬਾਰਾ ਫਿਰ ਫੋਨ ਕੀਤਾ, ਕਹਿੰਦੇ ਹੁਣ ਠੀਕ ਠਾਕ ਆ ਵਧੀਆ, ਅਤੇ ਕਹਿੰਦੇ ਤੁਸੀਂ ਹੌਲੀ ਹੌਲੀ ਆ ਜਾਓ ਚੱਲ। ਅਤੇ ਜਦੋਂ ਅਸੀਂ ਗਏ ਹਾਂ ਘਰ ਭਾਈ ਬੈਠੇ, ਸਾਨੂੰ ਕਹਿੰਦੇ ਅਸੀਂ ਸਰਸੇ ਹਾਂ ਹਸਪਤਾਲ 'ਚ ਜਾਈ, ਅਤੇ ਬਸ ਆਹੀ ਗੱਲਾਂ ਤੋਂ ਤੰਗ ਪਰੇਸ਼ਾਨ। ਪਹਿਲਾਂ ਮੇਰਾ ਡੈਡੀ ਦੀ ਮੌਤ ਹੋ ਗਈ ਸੀਗੀ, ਮੇਰਾ ਡੈਡੀ ਵੀ ਨੋਟ ਲਿਖ ਕੇ ਗਿਆ ਸੀ ਅਤੇ ਵੀ ਮੇਰੀ ਕੁੜੀ ਨੂੰ ਮਾਰ ਦੇਣਗੇ ਇਹ, ਮੇਰੀ ਕੁੜੀ ਨੂੰ ਬਚਾਇਆ ਜਾਵੇ। ਦਾਜ ਦਹੇਜ ਮੰਗਦੇ ਸੀਗੇ ਜੀ, ਅਤੇ ਆਹੀ ਗੱਲਾਂ ਪਰੇਸ਼ਾਨ ਕਰਦੇ ਸੀ, ਨਸ਼ਾ ਪੱਤਾ ਕਰਦੇ, ਬਲੈਕ ਕਰਦੇ ਜੀ, ਅਤੇ ਉਹ ਕਹਿੰਦੀ ਸੀ ਵੀ ਤੁਸੀਂ ਬਲੈਕ ਨਾ ਕਰੋ, ਕਹਿੰਦੇ ਅਸੀਂ ਤਾਂ ਹੀ ਕਰਾਂਗੇ, ਅਤੇ ਸਾਨੂੰ ਕੌਣ ਹਟਾ ਲੂਗਾ ਜੀ, ਦੇਸੂ ਮਲਕਾਨੇ ਜੀ। ਅਸੀਂ ਤਾਂ ਹੀ ਮੰਗ ਕਰਦੇ ਹਾਂ ਸਜ਼ਾ ਹੋਵੇ ਉਹਨਾਂ ਨੂੰ, ਅਤੇ ਉਹਦੀ ਬੇਟੀ ਨੂੰ ਇਨਸਾਫ਼ ਮਿਲੇ। ਇਹਨਾਂ ਜੀ 3.5 ਸਾਲ ਪਹਿਲਾਂ ਇਹ ਕੁੜੀ ਦੀ ਸ਼ਾਦੀ ਹੋਈ ਹੈ ਜੀ, ਦੇਸੂ ਮਲਕਾਨਾ ਪਿੰਡ ਆ ਜੀ, ਕਾਲਿਆਂ ਵਾਲੀ ਮੰਡੀ ਕੋਲ। ਇਹ ਜਦੋਂ ਸ਼ਾਦੀ ਹੋਈ ਹੈ ਜੀ, ਉਹ ਬੰਦੇ ਰਸਤਾ ਚਲੋ ਗਲਤ ਹੋ ਗਿਆ, ਬੰਦੇ ਵਧੀਆ ਨਹੀਂ ਸੀਗੇ, ਉਹ ਬਲੈਕ ਕਰਦੇ ਸੀਗੇ। ਇਹ ਜਦੋਂ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ, ਦਾਜ ਦੀ ਮੰਗ ਕਰਨ ਲੱਗ ਗਏ, ਜਿਹੜਾ ਲੜਕੀ ਦਾ ਪਿਓ ਸੀਗਾ ਇਹ 2-4 ਵਾਰੀ ਪੰਚਾਇਤਾਂ ਲੈ ਕੇ ਸਮਝਾ ਕੇ ਆਇਆ, ਪਰ ਉਹ ਫਿਰ ਸਮਝੇ ਨਹੀਂ। ਅਖੀਰੀ ਇੱਕ ਵਾਰੀ ਉਹ ਗਿਆ ਅਤੇ ਉੱਥੇ ਲੜ ਪਏ ਉਹਦੇ ਨਾਲ, ਉਹਨੇ ਆ ਕੇ ਕੁੜੀ ਦੇ ਪਿਓ ਨੇ ਆਤਮ ਹੱਤਿਆ ਕਰ ਲਈ, ਉਹਨੇ ਸਪਰੇ ਪੀ ਕੇ ਸੁਸਾਈਡ ਕਰ ਲਈ। ਉਹ ਤੋਂ ਬਾਅਦ ਚਲੋ ਫਿਰ 6 ਮਹੀਨੇ ਟਿਕੇ ਰਹੇ, ਫਿਰ ਦਾਜ ਦੀ ਹੁਣ ਮੰਗ ਕਰਦੇ ਸੀਗੇ, ਅਤੇ ਹੁਣ ਕੁੜੀ ਨੂੰ ਪਰੇਸ਼ਾਨ ਕਰਦੇ ਰਹਿੰਦੇ ਸੀਗੇ, ਅਤੇ ਜਿਹੜਾ ਕੁੜੀ ਦੇ ਘਰਾਂ ਵਾਲਾ ਉਹ ਤਾਂ ਹੈਗਾ ਜੀ ਜੇਲ੍ਹ 'ਚ, ਉਹ ਫੜਿਆ ਹੋਇਆ ਚਿੱਟੇ 'ਚ। ਅਤੇ ਇਹ ਜਿਹੜਾ ਸੱਸ ਸਹੁਰਾ ਅਤੇ ਦੋਨੇ ਨਨਾਨਾ ਅਤੇ ਇੱਕ ਚਾਚਾ ਸਹੁਰਾ ਜੀ, ਇਹ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ, ਕੁੜੀ ਨੇ ਬੁਲਾਇਆ ਵੀ ਮੈਨੂੰ ਤੰਗ ਕਰਦੇ ਆ। ਉਸੇ ਦਿਨ ਜੀ ਕੁੜੀ ਦੀ ਮਾਂ ਅਤੇ ਭਰਾ ਗਏ, ਅਤੇ ਜਦੋਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਤੰਗ ਕਿਉਂ ਕਰ ਰਹੇ ਹੈ, ਅਤੇ ਉਹਨਾਂ ਨਾਲ ਇਹਨਾਂ ਨਾਲ ਵੀ ਲੜਾਈ ਹੋਈ ਉਹਨਾਂ ਦੀ, ਹਾਂ ਇਹ ਕੁੜੀ ਕਹਿੰਦੀ ਤੁਸੀਂ ਚਿੱਟਾ ਨਾ ਵੇਚੋ, ਅਤੇ ਇਹ ਕਹਿੰਦੇ ਅਸੀਂ ਵੇਚਾਂਗੇ, ਸਾਨੂੰ ਕਿਹੜਾ ਰੋਕੂਗਾ। ਉਹਦੀ ਰਿਕਾਰਡਿੰਗ ਵੀ ਭੇਜੀ ਕੁੜੀ ਨੇ।
ਜਸਪ੍ਰੀਤ ਨੇ ਮਰਨ ਤੋਂ ਪਹਿਲਾਂ ਇੱਕ ਆਡੀਓ ਵੀ ਆਪਣੀ ਬੇਟੀ ਲਈ ਛੱਡੀ ਹੈ ਤੇ ਕਹਿ ਕੇ ਉਸ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਵਾਉਣਾ। ਮੇਰੀ ਗੱਲ ਸੁਣੋ, ਤੁਸੀਂ ਵੇਚੀ ਗਏ ਪੈਸੇ ਫੜੀ ਗਏ, ਜਵਾਕ ਫੜ ਲਏ ਬਸ ਬਸ ਵੇਚ ਲੋ, ਕੋਈ ਨਾ ਜੀ ਸਾਲ ਕੇ ਵੇਚੋ, ਚਿੱਟੇ ਵੀ ਵੇਚ ਲੋ, ਫੀਮ ਵੀ ਵੇਚ ਲੋ, ਪੋਸਟ ਵੀ ਵੇਚ ਲੋ, ਹਾਂ ਬਸ ਖਾ ਲੋ। ਕੱਲ ਗਾਮ ਦੇਸੂ ਮੇ ਮਹਿਲਾ ਕੀ ਡੈਥ ਹੋਈ ਹੈ, ਉਸਕੇ ਬਾਰੇ ਮੇਂ ਪੁਲਿਸ ਕੀ ਕਿਆ ਕਾਰਵਾਈ ਹੈ ਜੀ? ਹਮਨੇ ਜੋ ਹੈ ਪਹਿਲੇ ਇਸ ਇਨਵੈਸਟੀਗੇਸ਼ਨ ਕੇ ਦਸਤਾ ਯਹਾਂ ਸੇ ਕਿ ਆਪ ਉਸਕੀ ਸਾਥ ਆਇਆ ਹੋ ਸਕਤਾ ਹੈ, ਲੇਕਿਨ ਨਾਨੋ ਸਿਸਟਮ ਹੋ ਗਈ ਔਰ ਬਾਹਰੀ ਇੰਜਰੀ ਵਗੈਰਾ ਤੁਸੀਂ ਥੀ, ਉਸਕੇ ਬਾਅਦ ਇਸਕਾ ਪੋਸਟਮਾਰਟਮ ਕਰਵਾ ਦੀਏ ਔਰ ਪੋਸਟਮਾਰਟਮ ਵੀ ਹਮ ਉਸਕਾ ਤੀਨ ਡਾਕਟਰੋਂ ਕੇ ਪੈਨਲ ਸੇ ਕਰਵਾਇਆ ਥਾ, ਤਾਂ ਕਿ ਜੋ ਹੈ ਪਤਾ ਚੱਲ ਸਕੇ ਕਿਸ ਕਾਰਨ ਸੇ ਉਸਕੀ ਮੌਤ ਹੋਈ। ਕਬ ਤੱਕ ਆ ਜਾਏਗੀ ਪੋਸਟਮਾਰਟਮ ਦੀ ਰਿਪੋਰਟ? ਰਿਪੋਰਟ ਜੋ ਪੋਸਟਮਾਰਟਮ ਦੀ ਡਾਕਟਰ ਸਾਹਿਬ ਸ਼ਾਇਦ ਪੰਜ ਚਾਰ ਦਿਨ ਮੈਂ ਇਹ ਰਿਪੋਰਟ ਸਬਮਿਟ ਕਰ ਦੇਗੇ ਫਾਈਨਲ ਜੋ ਇਨਕਾ ਔਰ ਯਦੀ ਕਿਸੀ ਪ੍ਰਕਾਰ ਕਾ ਪੋਇਜ਼ਨ ਵਗੈਰਾ ਸੇ ਇਸਕੀ ਮੌਤ ਹੋਈ ਤੋ ਉਹ FSL ਮਧੂਬਨ ਮੇਂ ਮਿਸਰਾ ਭੇਜ ਦੇਗਾ। ਠੀਕ ਹੈ, ਤੋ ਉਸਕੇ ਮਿਸਰਾ ਕੀ ਰਿਪੋਰਟ ਆਨੇ ਕੇ ਬਾਅਦ ਵੀ ਪਤਾ ਲੱਗ ਗਿਆ ਥਾ ਬਈ ਕਿਸ ਕਾਰਨ ਸੇ ਇਸਕੀ ਮੌਤ ਹੋਈ। ਫਿਲਹਾਲ ਕਿਤਨੇ ਆਦਮੀਓਂ ਕੇ ਖਿਲਾਫ਼ ਮੁਕੱਦਮਾ ਦਰਜ ਕੀਆ? ਪਾਂਚ ਆਦਮੀਓਂ ਕੇ ਖਿਲਾਫ਼ ਇਸਕਾ ਪਰਚਾ ਦਰਜ ਕੀਆ ਹੋਇਆ ਹੈ। ਇਸਕਾ ਹਸਬੈਂਡ ਤੋ ਅਭੀ ਜੇਲ ਮੇਂ ਹੈ, ਇਸਕੇ ਸਾਸੂ ਸੁਸਰੇ ਨਣਨ ਔਰ ਇੱਕ ਇਨਕਾ ਚਾਚਾ ਹੈ ਲੜਕੀ ਦਾ, ਉਸਕੇ ਖਿਲਾਫ਼। ਬਹਿਰਹਾਲ ਪੁਲਿਸ ਇਸ ਮਾਮਲੇ ਵਿੱਚ ਸਾਰਾ ਪਰਿਵਾਰ ਤੇ ਕਾਰਵਾਈ ਦੀ ਗੱਲ ਕਹਿ ਰਹੀ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ। ਤਲਵੰਡੀ ਸਾਬੋ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ ਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।